ਤਾਤਰ ਮਾਰੀ ਜਾ ਰਹੇ ਉਹਨੂੰ, ਇੱਕ ਜਿਹੇ ਨੂੰ ਇੰਨਾ ਛਡਾਣ ਰਹੀ ਉਹ ਛੱਡਦਾ ਨਹੀਂ ਸੀ ਪਿਆਉਣ। ਗਲੀ 'ਚ ਇੱਟਾਂ ਰੋੜੇ ਖਿਲਰੇ ਨੇ, ਜਿਹੜੀ ਗੱਡੀ 'ਤੇ ਨਜ਼ਰ ਜਾਂਦੀ ਹੈ ਸ਼ੀਸ਼ੇ ਟੁੱਟੇ ਹੋਏ ਨੇ। ਇੱਕੋ ਭਚਾਲ ਤੋਂ ਬਾਅਦ ਦੀ ਤਬਾਹੀ ਨਹੀਂ ਹੈ ਬਲਕਿ ਕੁਝ ਬਦਮਾਸ਼ਾਂ ਦੇ ਵੱਲੋਂ ਕੀਤੀ ਗੁੰਡਾਗਰਦੀ ਤੋਂ ਬਾਅਦ ਦਾ ਮੰਜ਼ਰ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਹਮਲਾਵਰ ਆਏ ਤੇ ਗਲੀ ਦੇ ਵਿੱਚ ਆਤੰਕ ਮਚਾ ਦਿੱਤਾ। ਰੰਜਿਸ਼ ਪੁਰਾਣੀ ਸੀ, ਵਿਵਾਦ ਇੱਕ ਨਾਲ ਸੀ, ਪਰ ਨੌਜਵਾਨ ਦੇ ਨਾ ਮਿਲਣ ਤੇ ਪੂਰੀ ਗਲੀ ਦੇ ਵਿੱਚ ਹੁੜਦੰਗ ਮਚਾਇਆ। ਇੱਟਾਂ, ਦਾਤਰ, ਬੋਤਲਾਂ, ਜੋ ਹੱਥ ਆਇਆ ਚਲਾਇਆ ਗਿਆ, ਕੋਈ ਰਾਹ ਦੇ ਵਿੱਚ ਆਇਆ ਉਸ ਤੇ ਹਮਲਾ ਕੀਤਾ ਗਿਆ। ਤਸਵੀਰਾਂ ਅੰਮ੍ਰਿਤਸਰ ਦੀ ਨਹਿਰੂ ਕਲੋਨੀ ਦੀਆਂ ਨੇ। ਮੇਰਾ ਬੇਟਾ ਵੀ ਬੈਠਾ ਸੀ ਅਤੇ ਪਹਿਲਾਂ ਇਹਨਾਂ ਨੇ ਕੀਤਾ ਉਹਨਾਂ ਦੇ ਉੱਤੇ ਹਮਲਾ। ਇਹਨਾਂ ਨੇ ਚਲਾਈਆਂ ਬੋਤਲਾਂ, ਇੱਟਾਂ ਨਾਲੇ ਦਾਤਰ ਲੈ ਗਿਆ ਸੀ, ਨਾਲੇ ਗਾਲਾਂ ਕੱਢੀਆਂ ਇਹਨਾਂ ਨੇ। ਅਤੇ ਰਿਪੋਰਟ, ਹਾਲੀ ਰਿਪੋਰਟ ਹੀ ਲਿਖਾ ਰਹੇ ਹਾਂ ਅਤੇ ਪਿੱਛੋਂ ਫਿਰ ਸਾਨੂੰ ਫੋਨ ਆ ਗਿਆ ਵਾ ਕਿ ਸਾਡੀ ਗਲੀ ਵਿੱਚ ਫਿਰ ਹਮਲਾ ਹੋ ਗਿਆ ਵਾ, ਹਮਲਾ ਹੋ ਗਿਆ ਵਾ। ਹੋਰ ਕਿਹੜੇ ਬੰਦੇ ਸੀ ਉਹ ਜੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ? ਹਾਂਜੀ, ਇਹ ਨਾ ਇਹਨਾਂ ਦੀ ਜੀ ਪਹਿਲਾਂ ਚਲੋ ਝਗੜਾ ਇਹਨਾਂ ਦਾ ਹੈਗਾ ਸੀ, ਠੀਕ ਹੈ, ਅਤੇ ਝਗੜਾ ਇਹਨਾਂ ਦਾ ਖਤਮ ਵੀ ਹੋ ਗਿਆ ਸੀ। ਉਹਨਾਂ ਨੇ ਬੱਚਿਆਂ ਦੇ ਪਰਚੇ ਪੁਰਚੇ ਕਰਾਏ, ਜਮਾਨਤਾਂ ਬੱਚਿਆਂ ਦੀਆਂ ਸਾਰਿਆਂ ਦੀਆਂ ਹੋ ਗਈਆਂ ਸੀ। ਅਚਾਨਕ ਹੀ ਆਏ, ਇਹਨਾਂ ਨੇ ਰੌਲਾ ਪਾਇਆ ਵਾ, ਆਉਂਦੇ ਮੁੰਡੇ ਨੂੰ ਫੜਿਆ ਇਹਨਾਂ ਨੇ, ਦਾਤਰਾਂ ਮਾਰੀਆਂ ਅਤੇ ਲੇਡੀ ਸੀ ਉਹ ਵੀ ਛਡਾਉਣ ਲੱਗੀ, ਉਹਦੇ ਵੀ ਮੱਥੇ 'ਤੇ ਇਹਨਾਂ ਨੇ ਇੱਟ ਮਾਰੀ ਅਤੇ ਉਹ ਲੇਡੀ ਸਾਡੀ ਬੇਹੋਸ਼ ਹੋਈ ਹੈ ਇਸ ਟਾਈਮ, ਉਹ ਹੋਸਪਿਟਲ ਨੂੰ ਆਕਸੀਜਨ ਲੱਗੀ ਹੈ ਅਤੇ ਮੁੰਡੇ ਦਾ ਤਾਂ ਜੇ ਕੁਛ ਪਤਾ ਨਹੀਂ ਹੈ ਕਿ ਉਹਨੂੰ ਕਿੰਨੀਆਂ ਕੁ ਸੱਟਾਂ ਲਾਤੀਆਂ, ਕਿ ਬਚਦਾ ਵੀ ਹੈ ਕਿ ਨਹੀਂ ਬਚਦਾ। ਪੁਲਿਸ ਨੂੰ ਜਿਵੇਂ ਸੂਚਨਾ ਮਿਲੀ ਮੌਕਾ ਆ ਕੇ ਵੇਖਿਆ ਅਤੇ ਬਣ ਦੀ ਕਾਰਵਾਈ ਦਾ ਭਰੋਸਾ ਦਿੱਤਾ। ਆਪਸ ਵਿੱਚ ਲੜੇ ਝਗੜੇ ਅਤੇ ਇੱਟਾਂ ਰੋੜੇ ਚੱਲੇ, ਉਹਦੇ ਦੌਰਾਨ ਗੱਡੀਆਂ ਦੇ ਦੋ ਤਿੰਨ ਦੇ ਸ਼ੀਸ਼ੇ ਟੁੱਟੇ ਆ, ਉਹ ਦੇਖ ਰਹੇ ਹਾਂ ਜੀ, ਉਹ ਦੇਖ ਰਹੇ ਹਾਂ ਜੀ, ਕਾਰਵਾਈ ਕਰਾਂਗੇ ਬਣਦੀ ਜੀ। ਸਰ ਬੰਦੇ ਪਤਾ ਲੱਗੇ ਕਿਹੜੇ ਕਿਹੜੇ? ਬੰਦੇ ਵੈਰੀਫਾਈ ਕਰ ਰਹੇ ਹਾਂ ਜੀ, ਵੈਰੀਫਾਈ ਕਰਕੇ ਫਿਰ ਜੋ ਵੀ ਜਿਹੜਾ ਵੀ ਕੋਈ ਹੋਏਗਾ ਉਹਦੇ ਕਾਰਵਾਈ ਕਰਾਂਗੇ। ਇੱਕ ਸ਼ਖਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਦੇ ਦਾਤਰ ਦੇ ਨਾਲ ਵਾਰ ਕੀਤੀ ਗਈ ਅਤੇ ਇੱਕ ਮਹਿਲਾ ਜ਼ਖਮੀ ਹੈ ਜਿਸ ਦੇ ਸਿਰ 'ਚ ਇੱਟ ਦੇ ਨਾਲ ਵਾਰ ਕੀਤਾ ਗਿਆ। ਮਸਲਾ ਕਿਸੇ ਨਾਲ ਸੀ ਤਾਂ ਭੁਗਤਣਾ ਸਾਰੀ ਗਲੀ ਨੂੰ ਪਿਆ। ਬੇਸ਼ੱਕ ਪੁਲਿਸ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਵੇਗੀ, ਪਰ ਗੱਡੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਦਾਤਰ ਮਾਰੀ ਜਾ ਰਹੇ ਉਹਨੂੰ, ਇੱਕ ਜਿਹੇ ਨੂੰ ਇੰਨਾ ਛਡਾਣ ਰਹੀ ਉਹ ਛੱਡਦਾ ਨਹੀਂ ਸੀ ਪਿਆਉਣ। ਗਲੀ 'ਚ ਇੱਟਾਂ ਰੋੜੇ ਖਿਲਰੇ ਨੇ, ਜਿਹੜੀ ਗੱਡੀ 'ਤੇ ਨਜ਼ਰ ਜਾਂਦੀ ਹੈ ਸ਼ੀਸ਼ੇ ਟੁੱਟੇ ਹੋਏ ਨੇ। ਇੱਕੋ ਭਚਾਲ ਤੋਂ ਬਾਅਦ ਦੀ ਤਬਾਹੀ ਨਹੀਂ ਹੈ ਬਲਕਿ ਕੁਝ ਬਦਮਾਸ਼ਾਂ ਦੇ ਵੱਲੋਂ ਕੀਤੀ ਗੁੰਡਾਗਰਦੀ ਤੋਂ ਬਾਅਦ ਦਾ ਮੰਜ਼ਰ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਹਮਲਾਵਰ ਆਏ ਤੇ ਗਲੀ ਦੇ ਵਿੱਚ ਆਤੰਕ ਮਚਾ ਦਿੱਤਾ। ਰੰਜਿਸ਼ ਪੁਰਾਣੀ ਸੀ, ਵਿਵਾਦ ਇੱਕ ਨਾਲ ਸੀ, ਪਰ ਨੌਜਵਾਨ ਦੇ ਨਾ ਮਿਲਣ ਤੇ ਪੂਰੀ ਗਲੀ ਦੇ ਵਿੱਚ ਹੁੜਦੰਗ ਮਚਾਇਆ। ਇੱਟਾਂ, ਦਾਤਰ, ਬੋਤਲਾਂ, ਜੋ ਹੱਥ ਆਇਆ ਚਲਾਇਆ ਗਿਆ, ਕੋਈ ਰਾਹ ਦੇ ਵਿੱਚ ਆਇਆ ਉਸ ਤੇ ਹਮਲਾ ਕੀਤਾ ਗਿਆ। ਤਸਵੀਰਾਂ ਅੰਮ੍ਰਿਤਸਰ ਦੀ ਨਹਿਰੂ ਕਲੋਨੀ ਦੀਆਂ ਨੇ। ਮੇਰਾ ਬੇਟਾ ਵੀ ਬੈਠਾ ਸੀ ਅਤੇ ਪਹਿਲਾਂ ਇਹਨਾਂ ਨੇ ਕੀਤਾ ਉਹਨਾਂ ਦੇ ਉੱਤੇ ਹਮਲਾ। ਇਹਨਾਂ ਨੇ ਚਲਾਈਆਂ ਬੋਤਲਾਂ, ਇੱਟਾਂ ਨਾਲੇ ਦਾਤਰ ਲੈ ਗਿਆ ਸੀ, ਨਾਲੇ ਗਾਲਾਂ ਕੱਢੀਆਂ ਇਹਨਾਂ ਨੇ। ਅਤੇ ਰਿਪੋਰਟ, ਹਾਲੀ ਰਿਪੋਰਟ ਹੀ ਲਿਖਾ ਰਹੇ ਹਾਂ ਅਤੇ ਪਿੱਛੋਂ ਫਿਰ ਸਾਨੂੰ ਫੋਨ ਆ ਗਿਆ ਵਾ ਕਿ ਸਾਡੀ ਗਲੀ ਵਿੱਚ ਫਿਰ ਹਮਲਾ ਹੋ ਗਿਆ ਵਾ, ਹਮਲਾ ਹੋ ਗਿਆ ਵਾ। ਹੋਰ ਕਿਹੜੇ ਬੰਦੇ ਸੀ ਉਹ ਜੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ? ਹਾਂਜੀ, ਇਹ ਨਾ ਇਹਨਾਂ ਦੀ ਜੀ ਪਹਿਲਾਂ ਚਲੋ ਝਗੜਾ ਇਹਨਾਂ ਦਾ ਹੈਗਾ ਸੀ, ਠੀਕ ਹੈ, ਅਤੇ ਝਗੜਾ ਇਹਨਾਂ ਦਾ ਖਤਮ ਵੀ ਹੋ ਗਿਆ ਸੀ। ਉਹਨਾਂ ਨੇ ਬੱਚਿਆਂ ਦੇ ਪਰਚੇ ਪੁਰਚੇ ਕਰਾਏ, ਜਮਾਨਤਾਂ ਬੱਚਿਆਂ ਦੀਆਂ ਸਾਰਿਆਂ ਦੀਆਂ ਹੋ ਗਈਆਂ ਸੀ। ਅਚਾਨਕ ਹੀ ਆਏ, ਇਹਨਾਂ ਨੇ ਰੌਲਾ ਪਾਇਆ ਵਾ, ਆਉਂਦੇ ਮੁੰਡੇ ਨੂੰ ਫੜਿਆ ਇਹਨਾਂ ਨੇ, ਦਾਤਰਾਂ ਮਾਰੀਆਂ ਅਤੇ ਲੇਡੀ ਸੀ ਉਹ ਵੀ ਛਡਾਉਣ ਲੱਗੀ, ਉਹਦੇ ਵੀ ਮੱਥੇ 'ਤੇ ਇਹਨਾਂ ਨੇ ਇੱਟ ਮਾਰੀ ਅਤੇ ਉਹ ਲੇਡੀ ਸਾਡੀ ਬੇਹੋਸ਼ ਹੋਈ ਹੈ ਇਸ ਟਾਈਮ, ਉਹ ਹੋਸਪਿਟਲ ਨੂੰ ਆਕਸੀਜਨ ਲੱਗੀ ਹੈ ਅਤੇ ਮੁੰਡੇ ਦਾ ਤਾਂ ਜੇ ਕੁਛ ਪਤਾ ਨਹੀਂ ਹੈ ਕਿ ਉਹਨੂੰ ਕਿੰਨੀਆਂ ਕੁ ਸੱਟਾਂ ਲਾਤੀਆਂ, ਕਿ ਬਚਦਾ ਵੀ ਹੈ ਕਿ ਨਹੀਂ ਬਚਦਾ। ਪੁਲਿਸ ਨੂੰ ਜਿਵੇਂ ਸੂਚਨਾ ਮਿਲੀ ਮੌਕਾ ਆ ਕੇ ਵੇਖਿਆ ਅਤੇ ਬਣ ਦੀ ਕਾਰਵਾਈ ਦਾ ਭਰੋਸਾ ਦਿੱਤਾ। ਆਪਸ ਵਿੱਚ ਲੜੇ ਝਗੜੇ ਅਤੇ ਇੱਟਾਂ ਰੋੜੇ ਚੱਲੇ, ਉਹਦੇ ਦੌਰਾਨ ਗੱਡੀਆਂ ਦੇ
ਦੋ ਤਿੰਨ ਦੇ ਸ਼ੀਸ਼ੇ ਟੁੱਟੇ ਆ, ਉਹ ਦੇਖ ਰਹੇ ਆ, ਉਹ ਦੇਖ ਰਹੇ ਆ, ਕਾਰਵਾਈ ਕਰਾਂਗੇ ਬਣਦੀ ਜੀ। ਸਰ ਬੰਦੇ ਪਤਾ ਲੱਗੇ ਕਿਹੜੇ ਕਿਹੜੇ? ਬੰਦੇ ਵੈਰੀਫਾਈ ਕਰ ਰਹੇ ਜੀ, ਵੈਰੀਫਾਈ ਕਰਕੇ ਫਿਰ ਜੋ ਵੀ ਜਿਹੜਾ ਵੀ ਕੋਈ ਹੋਏਗਾ ਉਹਦੇ ਕਾਰਵਾਈ ਕਰਾਂਗੇ। ਇੱਕ ਸ਼ਖਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਦੇ ਦਾਤਰ ਦੇ ਨਾਲ ਵਾਰ ਕੀਤੇ ਗਏ ਤੇ ਇੱਕ ਮਹਿਲਾ ਜ਼ਖਮੀ ਹੈ, ਜਿਸ ਦੇ ਸਿਰ 'ਚ ਇੱਟ ਦੇ ਨਾਲ ਵਾਰ ਕੀਤਾ ਗਿਆ। ਮਸਲਾ ਕਿਸੇ ਨਾਲ ਸੀ ਤਾਂ ਭੁਗਤਣਾ ਸਾਰੀ ਗਲੀ ਨੂੰ ਪਿਆ। ਬੇਸ਼ੱਕ ਪੁਲਿਸ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਵੇਗੀ, ਪਰ ਗੱਡੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, ਨਿਊਜ਼ 18, ਪੰਜਾਬ।